ਤਿੰਨ ਦਿਨ ਹੋ ਗਏ ਮੁੰਡਾ ਕਹਿੰਦੇ ਵੀ ਨਹਿਰ 'ਚ ਡਿੱਗਿਆ ਹੋਇਆ ਹੈਗਾ। ਜੇ ਉਹ ਡਿੱਗ, ਚਲੋ ਆਪਾਂ ਮੰਨ ਲਿਆ ਡਿੱਗ ਪਿਆ, ਜੇ ਬੰਦੇ ਦੀ ਜਾਨ ਨਿਕਲਦੀ ਹੈ, ਉਹਨੂੰ ਪਤਾ ਵੀ ਮੈਂ ਆਪਣੇ ਆਪ ਨੂੰ ਬਚਾਉਣਾ, ਜੇ ਉਹ ਆਪਣੇ ਆਪ ਨੂੰ ਬਚਾਉਣ ਜਾਣਦਾ ਉਹ ਕੁੱਦੂ ਗਈ, ਇਹ ਕਹਿੰਦੇ ਵੀ ਕੁੱਦਣ ਜਾਣਦਾ ਹੈਗਾ, ਠੀਕ ਹੈ। ਫਿਰ ਉਹ ਨਿਕਲਿਆ ਕਿਉਂ ਨਹੀਂ? ਅੱਜ ਇਹ ਧਰਨਾ ਲਾਇਆ ਤਾਂ ਇਹਨਾਂ ਨੂੰ 10 ਮਿੰਟਾਂ ਬਾਅਦ ਉਹ ਮੁੰਡਾ ਲੱਭ ਗਿਆ, 3 ਦਿਨ ਦਾ ਤਾਂ ਲੱਭਿਆ ਨਹੀਂ। ਬਾਕੀ ਗੱਲ ਜਦੋਂ ਹਜੇ ਤੱਕ ਇਹੀ ਨਹੀਂ ਕਲੀਅਰ ਹੋਇਆ ਵੀ ਉਹਦੀ ਮੌਤ ਹੋਈ ਕਿਵੇਂ ਆ, ਉਹ ਲੱਭਿਆ ਹੀ ਨਹੀਂ ਗਾ, ਪੁਲਿਸ ਨੇ ਇਹ ਡਿਕਲੇਅਰ ਕਿਵੇਂ ਕਰਤਾ ਵੀ ਉਹਨੇ ਕੀਤਾ ਜਾਂ ਨਹੀਂ ਕੀਤਾ, ਉਹਨੂੰ ਜੇਲ੍ਹ ਭੇਜਤਾ। ਸਭ ਤੋਂ ਜਿਹੜੀ ਮੇਨ ਗੱਲ ਸੋਚਣ ਵਾਲੀ ਹੈ ਵੀ ਜੇਲ੍ਹ ਵੀ ਭੇਜਤਾ, ਉਹ ਤੋਂ ਕੋਈ ਪੁੱਛਿਆ ਨਹੀਂ। ਜੇ ਉਹਨੇ ਉਹ ਤੋਂ ਪੁੱਛਿਆ, ਉਹਨੂੰ ਜੇਲ੍ਹ ਭੇਜਿਆ, ਉੱਥੇ ਕੋਈ ਪਰਚਾ ਹੋਇਆ, ਫਿਰ ਉਹਨੇ ਦੱਸਿਆ ਵੀ ਜ਼ਰੂਰ ਹੋਣਾ ਗਾ ਵੀ ਇਹ ਗੱਲ ਹੋਈ ਕਿਵੇਂ ਆ, ਇਹ ਵੀ ਚੀਜ਼ ਨੂੰ ਇਹ ਚੀਜ਼ ਨੂੰ ਵੀ ਮੂਹਰੇ ਲਿਆਂਦਾ ਜਾਵੇ। ਇਸ ਕਰਕੇ ਕੱਲ੍ਹ ਨੂੰ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈਗਾ ਵੀ ਰਿਮਾਂਡ 'ਤੇ ਲਿਆਵਾਂਗੇ ਅਤੇ ਉਦੋਂ ਬਾਅਦ ਅਸੀਂ ਦੱਸਾਂਗੇ ਵੀ ਉਹ ਕੀ ਕਹਿ ਰਿਹਾ ਹੈਗਾ। ਉਹਨਾਂ ਨੇ ਪਰਚਾ ਕੱਢਤਾ ਹੈਗਾ ਅਤੇ ਬਾਕੀ ਕੱਲ੍ਹ ਨੂੰ ਪਤਾ ਲੱਗਣਾ। ਜੇ ਸਾਨੂੰ ਫਿਰ ਵੀ ਇਨਸਾਫ ਨਹੀਂ ਮਿਲਦਾ ਫਿਰ ਅਸੀਂ ਉੱਪਰ SSP ਸਾਹਿਬ ਨਾਲ, ਮੇਰੀ ਖੁਦ ਗੱਲ ਹੋਈ ਹੈ, SSP ਸਾਹਿਬ ਨੇ ਮੈਨੂੰ ਖੁਦ ਵਿਸ਼ਵਾਸ ਦਿਵਾਇਆ ਹੈਗਾ ਵੀ ਕੱਲ੍ਹ ਨੂੰ ਰਿਮਾਂਡ 'ਤੇ ਲਿਆ ਕੇ ਉਹਨੂੰ ਪੁੱਛਿਆ ਜਾਵੇਗਾ। ਜੇ ਉਹ ਨਹੀਂ ਵੀ ਉਹ ਕਰ ਰਿਹਾ ਤਾਂ ਅਸੀਂ ਕੱਲ੍ਹ ਨੂੰ SSP ਦੇ ਖੁਦ ਜਾ ਕੇ ਉੱਥੇ ਧਰਨਾ ਲਾਵਾਂਗੇ। ਲੜਕਾ 27-9 ਤੋਂ ਰਾਤ ਨੂੰ 9 ਵਜੇ ਤੋਂ ਲਾਪਤਾ ਸੀ ਅਤੇ 28-9 ਨੂੰ ਇਹਦੇ ਚਾਚੇ ਦਾ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਜੀ 304 ਦਾ। ਦੋਸ਼ੀ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਗਾ, ਅੱਜ ਜੇਲ੍ਹ ਭੇਜਤਾ ਜੀ ਦੋਸ਼ੀ। ਅਤੇ ਅੱਜ ਇਹਦੀ ਡੈੱਡ ਬੋਡੀ ਇੱਥੋਂ ਮਿਲ ਗਈ ਹੈ ਟੱਲੇਵਾਲ ਪੁਲ ਤੋਂ, ਜਿਹਦੇ ਸੱਟਾਂ ਲੱਗੀਆਂ ਜਾਪਦੀਆਂ, ਜਿਸ ਕਰਕੇ ਮੁਕੱਦਮੇ 302 ਦਾ ਵਾਧਾ ਕੀਤਾ ਗਿਆ। ਸ਼ਮਸ਼ਾਨ ਮੁਹੰਮਦ ਨਾਂ ਸੀ, ਇਹਦੇ ਡੈਡੀ ਦਾ ਨਾਂ ਸੀ ਜ਼ੁਲਫਕਾਰ ਮਾਸੀ ਵੀਲਾ। ਉਮਰ ਇਹਦੀ ਕਰੀਬ 27 ਸਾਲ ਸੀ। ਪਰਿਵਾਰ ਦੱਸ ਰਿਹਾ ਸੀ ਵੀ ਇਹਨੂੰ ਧੱਕਾ ਦਿੱਤਾ ਗਿਆ। ਪਹਿਲਾਂ ਜਿਹੜੀ ਸਾਡੇ ਕੋਲ ਸਟੇਟਮੈਂਟ ਆਈ ਸੀ, ਜਿਹੜਾ ਰਾਜਵਿੰਦਰ ਸਿੰਘ ਦੋਸ਼ੀ ਆ ਉਹਨੇ ਉਹਨੂੰ ਧੱਕਾ ਦਿੱਤਾ ਨਹਿਰ ਦੇ ਵਿੱਚ। ਉਹ ਕਿੰਨੇ ਜਾਣੇ ਕੋਈ ਫੜੇ ਉਹਨਾਂ ਨੂੰ? ਇੱਕ ਜਾਣਾ ਫੜਿਆ ਗਿਆ ਸੀ। ਉਹ ਕੌਣ ਨੇ ਜੀ? ਬਲਜਿੰਦਰ ਸਿੰਘ। ਕਿੱਥੋਂ ਦੇ ਜੀ? ਉਹ ਵੀ ਵਿਹਲੇ ਦਾ ਜੀ ਬਲਜਿੰਦਰ ਸਿੰਘ। ਅਤੇ ਦੂਸਰਾ ਵਿਅਕਤੀ ਦਾ ਇੱਕ ਇਹ ਇੱਕ ਹੀ ਸੀਗਾ ਜੀ ਅਫਟਰਾਂ, ਹੁਣ ਉਹਨੂੰ ਲਿਆਵਾਂਗੇ ਕੱਲ੍ਹ ਨੂੰ, ਫਿਰ ਉਹ ਤੋਂ ਬਾਅਦ ਤਫਤੀਸ਼ ਜਿਹੜਾ ਕੋਈ ਸਾਹਮਣੇ ਆਊਗਾ ਉਹ ਬਣ ਦੀ ਕਾਰਵਾਈ ਕੀਤੀ ਹੈ। ਇਹ ਲੱਗਦਾ ਕਿ ਇਹ ਮਰਡਰ ਕੀਤਾ ਗਿਆ ਜੀ? ਹਲੇ ਤਫਤੀਸ਼ ਜਾਰੀ ਆ, ਫਿਰ ਜ਼ਰੂਰ ਦੱਸਿਆ ਜਾਊਗਾ ਸਾਨੂੰ। ਪੋਸਟਮਾਰਟਮ ਤੇ ਡਾਕਟਰ ਦਾ ਪੈਨਲ ਬਣਾ ਕੇ ਪੋਸਟਮਾਰਟਮ ਕਰਾਵਾਂਗੇ, ਇਹੋ ਜਿਹੀ ਰਿਪੋਰਟ ਆਊਗੀ ਦੱਸਿਆ ਜਾਊਗਾ। ਮੇਰਾ ਨਾਮ ਤਾਂ ਬਬਲੀ ਆ, ਮੈਂ ਤਾਂ ਭੂਆ ਉਹਦੀ। ਮੈਨੂੰ ਕਿਹਾ ਮੈਂ ਕਿਹਾ ਮੈਂ ਉਹਨੂੰ ਕਿਹਾ ਤਲਾਸੀ ਲੈਣੀ ਉਹਨਾਂ ਨੇ ਕਰਦੀ, ਕਹਿੰਦੇ ਕਾਨੂੰਨੀ ਕਾਰਵਾਈ ਟੁੱਟ ਜੂਗੀ, ਅਸੀਂ ਆਪ ਅੱਜ ਇਕੱਲਾ ਬੰਦਾ ਜਾ ਕੇ ਤਲਾਸੀ ਲੈ ਕੇ ਆਵਾਂਗੇ। ਇਕੱਲਾ ਬੰਦਾ ਤਲਾਸੀ ਲੈ ਕੇ ਨਾ ਮੂਵੀ ਬਣਾ ਕੇ ਲਿਆਵਾਂਗੇ। ਮੇਰਾ ਪੁੱਤ ਉਹਨਾਂ ਦੇ ਘਰੇ ਸੀਗਾ, ਉਹਨਾਂ ਦੇ ਘਰੇ ਚੱਕ ਕੇ ਲਿਆਇਆ। ਕਿਹਨੇ ਕਿਹਨੇ ਮਾਰੇ ਉਹਨੂੰ ਚੱਕ ਕੇ ਲੈ ਕੇ ਆਓ। ਹੈ ਕੀ ਹਾਲਾਤ ਸੀ ਹਾਏ ਕਦੋਂ ਬੋਡੀ ਦੀ ਸੀ ਹਾਏ ਬੇਬੀ ਨੇ ਉਹਦੀਆਂ ਤਾਂ ਅੱਖਾਂ ਵੀ ਐ ਨਹੀਂ ਛੱਡਿਆ ਮੇਰੇ ਬਦੂਦੇ ਦਾ ਕਹਿ ਕੇ ਕੰਨ ਵੀ ਐ ਨਹੀਂ ਮਾਰਿਆ ਉਹਨਾਂ ਨੇ ਇੱਕ ਗੂਟੇ ਦਾ ਨਹੀਂ ਵੱਡਾ ਵਾ ਮਾਰਿਆ ਵੀਰੇ ਮੈਂ ਉਹ ਉਹਨਾਂ ਦਾ ਜਿਹੜਾ ਨਵਾਲਕ ਮੁੰਡਾ ਨਾ ਉਹਦੀ ਮਾਂ ਨੂੰ ਪੁੱਛੋ ਵੀ ਕੌਣ ਕੌਣ ਰਲੇ ਵੇ ਤੁਸੀਂ ਮਾਰੇ ਸੱਦਰ ਨੇ ਜਿਹੜੇ ਘਰੇ ਲੈ ਕੇ ਆਏ ਨੇ ਹਾਏ ਮੇਰੇ ਪੁੱਤ ਨੂੰ ਘਰੋਂ ਮੇਰੇ ਕੋਲੋਂ ਲੈ ਕੇ ਆਏ ਨੇ ਹਾਏ ਸ਼ੁੱਕਰਵਾਰ ਦੀ ਰਾਤ ਨੂੰ ਹਾਏ ਮੈਂ ਉਹ ਮੁੰਡਾ ਲੈ ਕੇ ਆ ਜਿਹਨੂੰ ਕਹਿੰਦੇ ਨੇ ਕੋਰਟ 'ਚ ਭੇਜਤਾ ਉਹ ਕਬੀਲਾ ਇੰਨੇ ਕੁਛ ਕਰਦਾ ਉਹਨੂੰ ਕੋਰਟ 'ਚ ਕਿਵੇਂ ਭੇਜਤਾ ਕੁੱਤੇ ਨੂੰ ਹਾਏ ਹਾਏ ਘਰੋਂ ਮੇਰੇ ਮੁੰਡੇ ਨੂੰ ਲੈ ਕੇ ਆਇਆ ਕਹਿੰਦੇ ਮੈਨੂੰ ਘਰ ਤੇ ਛੱਡਿਆ ਮੈਂ ਤਾਂ ਖੜਦੀ ਪਈ ਸਾਧੂ ਰੋਟੀ ਖਾ ਲਾ ਆਪੇ ਜਾਊਗਾ ਜਿਵੇਂ ਆਇਆ ਇਹ ਹਾਏ ਘਰੋਂ ਸੱਦ ਕੇ ਲਿਆ ਕੇ ਘਰੇ ਉਹਦੀ ਮਾਂ ਨੂੰ ਪੁੱਛੋ ਉਹਦੀ ਮਾਂ ਨੇ ਕਿਹਾ ਮੇਰੇ ਘਰੇ ਆਇਆ ਮੇਰਾ ਮੁੰਡਾ ਉੱਥੇ ਮੇਰੇ ਜਾਣ ਤੋਂ ਪਹਿਲਾਂ ਉੱਥੇ ਨਹਿਰ 'ਤੇ ਖੜੀ ਆ ਮੈਂ ਉੱਥੇ ਕਹਿਤਾ ਵੀ ਮੇਰਾ ਮੁੰਡਾ ਨਹਿਰ 'ਤੇ ਆਇਆ ਨਹੀਂ ਮੇਰੇ ਮੁੰਡੇ ਦਾ ਮੋਟਰਸਾਈਕਲ ਮੈਂ ਪੁੱਛਿਆ ਕਿੱਥੇ ਜਾਂਦੇ ਸੀ ਗੈਲਾ ਉਹ ਤਾਂ ਗੈਲਾ ਨਹੀਂ ਮੋਟਰਸਾਈਕਲ ਦਾ ਮੂੰਹ ਤਾਂ ਵੀਲੇ ਨਹੀਂ ਨੂੰ ਹਾਏ ਗੈਲਾ ਤਾਂ ਉੱਧਰ ਨੇ ਮੈਂ ਉੱਥੇ ਹੀ ਰੌਲਾ ਪਾਇਆ ਸੀ ਮੋਟਰਸਾਈਕਲ ਤਾਂ ਇਹਨਾਂ ਦਾ ਐਂ ਐਂ ਸੱਟ ਕੇ ਐਂ ਨਾਲ ਲਾਇਆ ਹੋਇਆ ਸੀ ਹਾਏ ਮੈਂ ਉੱਥੇ ਦਵਾਈਆਂ ਦਿੱਤੀਆਂ ਸੀ ਵੀ ਮੇਰਾ ਪੁੱਤ ਨਹਿਰ 'ਚ ਨਹੀਂ ਹੈਗਾ ਉਹਨਾਂ ਦੇ ਘਰੇ ਸੀ ਪੁਲਿਸਾਂ ਨੇ ਰਲ ਕੇ ਸਿੱਟਿਆ ਹੋਣਾ ਹੁਣ ਪੁਲਿਸਾਂ ਨੇ ਰਲ ਕੇ ਸਿੱਟਿਆ ਹੋਣਾ ਨਹਿਰ 'ਚ ਉਹਨਾਂ ਨੇ ਪਲਾਸੀ ਨਹੀਂ ਲੈਣ ਦਿੱਤੀ ਹਾਏ ਮਰ ਗਿਆ ਸੀ ਮੈਨੂੰ ਘਰੇ ਉਹਨਾਂ ਨੇ ਘਰ ਦੇ ਪਲਾਸੀ ਨਹੀਂ ਲੈਣ ਦਿੱਤੀ ਵੀਰੇ ਹਾਏ 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 ਉਹਦੀ ਉਮਰ 25-27 27 ਸਾਲ ਦੀ ਸੀ ਅੱਜ ਸਾਨੂੰ ਜਦੋਂ ਅਸੀਂ ਆ ਕੇ ਨਹਿਰ ਤੇ ਨਾਕਾ ਲਾਇਆ ਨਾਲ ਦੀ ਨਾਲ ਉਹਨਾਂ ਨੇ ਪੁਲਿਸ ਵਾਲਿਆਂ ਨੇ 2 ਸਿਵਲ ਵਰਦੀ 'ਚ ਗਏ ਜਾ ਕੇ ਨਹਿਰ 'ਚ ਮੁੰਡਾ ਸਿੱਟਤਾ ਨਾਲ ਦੀ ਨਾਲ ਕੱਢਣ ਲੱਗ ਗਏ ਇੱਧਰ ਆ ਕੇ ਭੱਜ ਕੇ ਪਰਸੋਂ ਦੀਆਂ ਮਸ਼ੀਨਾਂ ਆਈਆਂ ਹੋਈਆਂ ਸਾਰੀ ਨਹਿਰ ਛਾਣ ਮਾਰਤੀ ਇਹਨੂੰ ਲੈ ਕੇ ਆ ਉਹਨਾਂ ਨੂੰ ਮੈਂ ਨੀ ਜਾਣਦੀ ਉਹਦੀ ਮਾਂ ਨੂੰ ਪਤਾ ਹਾਏ ਮੁੰਡੇ ਦੀ ਮਾਂ ਨੂੰ ਪਤਾ ਉਹਨੂੰ ਲੈ ਕੇ ਆਓ ਇੱਥੇ ਹਾਏ ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਕਰ ਬੈਠੇ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ
ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ। ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 7349998।